ਨਕਲੀ ਵਜ਼ੀਰ ਆਜ਼ਮ ਹੈ, ਅਸਲੀ ਵਜ਼ੀਰ ਆਜ਼ਮ ਮੈਂ ਅਮੀਰ ਤੁਸੀਂ ਰਜ਼ਾ। ਮੈਂ ਲਿਖਿਆ ਮੋਟਰਸਾਈਕਲ ਤੇ ਅੱਗੇ ਵੀ ਲਿਖਿਆ, ਪਿੱਛੇ ਵੀ ਲਿਖਿਆ। ਇਹਨਾਂ ਦੀ ਅੱਖਾਂ ਪਹਿਲੇ ਬੰਦ ਹਨ, ਸਵਾ ਦੋ ਸਾਲ ਹੋ ਗਏ ਮੈਂ ਲਿਖਿਆ, ਇਹਨਾਂ ਦੀ ਅੱਖਾਂ ਪਹਿਲੇ ਬੰਦ ਹਨ। ਇਹਨਾਂ ਚਲਾਨ ਮੇਰਾ ਕੀਤਾ, ਅੱਜ ਇਹ ਮੇਰਾ ਚਲਾਨ ਕਰਨ ਆਏ ਨੇ। ਉਹ ਕਿਸੇ ਜੁਰਅਤ ਨਹੀਂ ਕੋਈ ਮੇਰਾ ਚਲਾਨ ਕਰੇ, ਵਜ਼ੀਰ ਆਜ਼ਮ ਦਾ ਕੋਈ ਚਲਾਨ ਨਹੀਂ ਕਰ ਸਕਦਾ। ਜਿਹੜਾ ਬੰਦਾ ਮੈਂ ਇਹਨਾਂ ਆਖਣਾ ਇਸ ਬੰਦੇ ਨੂੰ ਛੱਡਣਾ, ਇਹਨਾਂ ਨੂੰ ਛੱਡਣਾ ਪੈਣਾ, ਤੇ ਜਿਨ੍ਹਾਂ ਨੂੰ ਮੈਂ ਆਖਣਾ ਇਸ ਬੰਦੇ ਨੂੰ ਫੜਨਾ ਤੇ ਇਹਨਾਂ ਨੂੰ ਫੜਨਾ ਪੈਣਾ। ਹੁਣ ਇਹਨਾਂ ਮੇਰੇ ਅਸਲੀ ਵਜ਼ੀਰ ਆਜ਼ਮ ਮੰਨਣਾ ਤਾਂ ਤਾਂ ਤੁਸੀਂ ਕਾਲ ਕਰ ਦਿਓ ਨਾ, ਬੰਦਾ ਛੱਡ ਦੇਣ ਕਰਨਗੇ। ਤੁਸੀਂ ਕਾਲ ਕਰ ਦਿਓ, ਕਿਉਂ ਨਹੀਂ ਛੱਡਣਾ, ਇਹਨਾਂ ਛੱਡਣਾ। ਜੇ ਇਹਨਾਂ ਨੌਕਰ ਇਹਨਾਂ ਦਾ ਪਿਆਰ ਹੈ, ਮੈਂ ਤਾਂ ਸਾਰਾ ਮਹਿਕਮਾ ਬੁਲਾ, ਸਾਰਾ ਮਹਿਕਮਾ ਪੁਲਿਸ ਦਾ ਬੁਲਾ। ਚਲੋ ਮੈਂ ਜਾਣਦੇ, ਤੂੰ ਨਹੀਂ ਮੈਂ ਜਾਣਦਾ, ਚੱਲ ਮੈਂ ਉਹਨਾਂ ਆਪਣੀ ਜਾਨ ਬਚਾ ਕਰਕੇ ਕਰਾ ਕੇ ਮੋਟਰਸਾਈਕਲ ਲਿਆ, ਸਵਾ ਦੋ ਸਾਲ ਹੋ ਗਏ ਨਵਾਂ ਮੋਟਰਸਾਈਕਲ ਲਿਆ ਹੀ ਮੈਂ ਇਹਦੇ ਵਿੱਚ। ਜਦੋਂ ਸਵਾ ਦੋ ਸਾਲ ਪਹਿਲੇ ਮੋਟਰਸਾਈਕਲ ਲਿਆ ਤੇ ਮੈਂ ਪਲੇਟ ਗਾਈਏ ਵਜ਼ੀਰ ਆਜ਼ਮ ਲਿਖਿਆ, ਕੈਸਲੀ ਵਜ਼ੀਰ ਆਜ਼ਮ। ਮੈਂ ਪਿੱਛੇ ਵੀ ਪਲੇਟ ਤੇ ਮੈਂ ਵਜ਼ੀਰ ਆਜ਼ਮ ਲਿਖਿਆ, ਨੰਬਰ ਨਹੀਂ ਲੱਗਿਆ। ਔਰ ਮੇਰਾ ਨੰਬਰ ਹੈ ਜਿਹੜਾ ਲਿਖਿਆ ਵਜ਼ੀਰ ਆਜ਼ਮ। ਮੈਂ ਆਪਣਾ ਪੂਰੇ ਮੁਲਕ ਚ ਕਿਸੇ ਦਾ ਨੰਬਰ ਹੈ ਤੇ ਮੈਨੂੰ ਦੱਸ। ਕੋਈ ਨਹੀਂ, ਸਵਾ ਦੋ ਸਾਲ ਹੋ ਗਏ ਨੇ, ਕਿਸੇ ਜੁਰਅਤ ਨਹੀਂ ਆਈ। ਸਾਰੇ ਮੈਂ ਅੱਖ ਖੋਲ ਕੇ ਵੇਖਦੇ ਹਨ, ਪਰਾਂ ਮੂੰਹ ਕਰ ਲੈਂਦੇ ਹਨ, ਵੇਖ ਮੈਨੂੰ ਵੇਖ ਕੇ। ਕਿਸੇ ਜੁਰਅਤ ਨਹੀਂ ਆਈ ਇਹਨਾਂ ਪੁਲਿਸ ਵਾਲਿਆਂ ਕੇ ਮੈਨੂੰ ਰੋਕਣ। ਅੱਜ ਮੈਂ ਸਵਾ ਦੋ ਸਾਲ ਬਾਅਦ ਇਹਨਾਂ ਰੋਕਿਆ ਤੇ ਮੈਨੂੰ 200 ਦੀ ਪਰਚੀ ਬਣਾ ਕੇ ਮੈਂ ਆਖਿਆ ਨਾ ਸ਼ਨਾਖਤੀ ਕਾਰਡ ਜਮ੍ਹਾਂ ਕਰ, ਮੈਂ ਮੇਰਾ ਕਰ ਲਿਆ ਨਾ ਜਮ੍ਹਾਂ। ਮੈਂ ਆਖਿਆ ਨਾ ਬੈਂਕ 'ਚ 200 ਰੁਪਇਆ ਜਮ੍ਹਾਂ ਕਰਾਵੇਂਦਾ ਤੇ ਤਿੰਨ ਕਾਰਡ ਦੇਣਾ। 200 ਰੁਪਏ ਦੀ ਗੱਲ ਕੋਈ ਨਹੀਂ, ਮੈਂ 200 ਰੁਪਏ ਜਮ੍ਹਾਂ ਕਰਾ ਦੇਣਾ ਆਈ। ਲੇਕਿਨ ਇਹਨਾਂ ਮੈਂ ਦੱਸਣਾ ਕਿ ਇਹਨਾਂ ਜੁਰਅਤ ਕਿਵੇਂ ਹੋਈ, ਕਹਿੰਦਾ ਵਜ਼ੀਰ ਆਜ਼ਮ ਨੇ ਕਿਵੇਂ ਰੋਕ ਲਿਆ। ਸਾਰੀ ਆਵਾਮ ਤੁਹਾਡਾ ਖਿਤਾਬ ਸੁਣ ਰਹੀ ਹੈ। ਬਿਲਕੁਲ, ਮੈਂ ਪਟਾਕੇ ਵੀ ਸੇਲ ਕਰਦਾ, ਮੈਂ ਅਸਲਾ ਵੀ ਸੇਲ ਕਰਦਾ, ਮੈਂ ਅਸਲਾ ਵੀ ਰੱਖਦਾ ਵੀ ਹੈ। ਮੇਰਾ ਪਿਸਤੌਲ ਪੁਲਿਸ ਲਿਆ ਵੀ ਹੈ, ਮੇਰੇ ਤੇ FIR ਨਹੀਂ ਉਹਨਾਂ ਕੱਟੀ, ਮੇਰੇ ਤੇ FIR ਉਹਨਾਂ ਨਹੀਂ ਕੱਟੀ, ਪਿਸਤੌਲ ਮੇਰਾ ਰੱਖ ਲਿਆ। FIR ਕਿਉਂ ਕੱਟੀ? ਮੇਰੇ ਨਾਲ ਕੋਈ ਬੰਦਾ ਨਹੀਂ, ਅੱਲਾ ਮੇਰੇ ਨਾਲ ਹੈ, ਮੈਂ ਇਕੱਲਾ, ਅੱਲਾ ਮੇਰੇ ਨਾਲ ਹੈ। ਅਗਰ ਤੁਹਾਨੂੰ ਇਖਤਿਆਰਾਤ ਮਿਲ ਜਾਣ, ਤੁਸੀਂ ਮੁਸਲਿਮ ਸਹਿਲ ਹੱਲ ਕਰੋਗੇ ਇਨਸ਼ਾਅੱਲਾ? ਕਿਉਂ ਨਹੀਂ? ਵਜ਼ੀਰ ਆਜ਼ਮ ਤੌਸੀਫ਼ ਰਜ਼ਾ ਜ਼ਿੰਦਾਬਾਦ, ਵਜ਼ੀਰ ਆਜ਼ਮ ਤੌਸੀਫ਼ ਰਜ਼ਾ ਜ਼ਿੰਦਾਬਾਦ।